ਆਹ ਵੇਖਿਓ ਸਾਡੀ ਗੁੜੀਆ ਰਾਣੀ ਦੇ ਕੰਮ, ਇਹਨੂੰ ਸਾਈਕਲ 'ਚ ਹੂਟੇ ਦੇਣ ਡੇ ਹਾਂ ਅਤੇ ਹੁਣ ਅੰਦਰ ਲੈ ਆਉਂਦਾ ਸਾਈਕਲ ਅਤੇ ਉਹ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਨ ਡੀ। ਕਿੱਦਾਂ ਫਸੀ ਪਈ ਹੈ ਵਿੱਚ, ਗੰਦਾ ਭਾਈ ਸਾਡਾ, ਗੰਦਾ ਭਾਈ, ਗੰਦਾ ਭਾਈ। ਅਤੇ ਮਾਣੀ ਪੀ ਲਓ ਪਾਣੀ, 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 ਪਾਣੀ। ਹਰਜੀਤ ਨੇ ਬਣਾਈ ਅੱਜ ਆਲੂ ਅਤੇ ਪਨੀਰ ਦੀ ਸਬਜ਼ੀ ਅਤੇ ਵਿੱਚ ਪਾਇਆ ਮੱਖਣ ਅਤੇ ਨਾਲ ਚੋਪੜ ਕੇ ਰੋਟੀਆਂ ਦੇਸੀ ਘਿਓ ਦੇ ਨਾਲ। ਅਤੇ ਇੱਧਰ ਬੱਚੇ ਰੈਡੀ ਨੇ ਖਾਣਾ ਖਾਣ ਵਾਸਤੇ। ਹਾਂਜੀ ਬੋਲੋ ਪਾਪਾ, ਬੋਲੋ ਪਾਪਾ। ਲਓ ਜੀ ਪਾਹੁਲ ਦਾ ਵੀ ਖਾਣਾ ਆ ਗਿਆ ਅਤੇ ਪਾਹੁਲ ਨਾਲ ਨਾਲ ਵੇਖਣ ਡਿਆ ਕਾਰਟੂਨ ਅਤੇ ਨਾਲ ਨਾਲ ਗਰਮੀ, ਰਸੋਈ 'ਚ ਬਹੁਤ ਜ਼ਿਆਦਾ ਗਰਮੀ ਹੈ। ਹਾਂਜੀ ਫਿਰ ਬੋਲੋ ਕੀ ਕਹਿੰਦੇ ਜੀ, ਬੋਲੋ ਪਾਪਾ। ਇੱਧਰ ਨੂੰ ਮੂੰਹ ਕਰਕੇ ਸਾਂ, ਬੋਲੋ ਪਾਪਾ। ਪਾਣੀ ਪਾਣੀ ਹਰਜੀਤ, ਸਬਜ਼ੀ ਸਵਾਦ ਬਣੀ ਹੈ? ਸਬਜ਼ੀ ਸਵਾਦ ਬਣੀ ਮੈਂ ਸਬਜ਼ੀ, ਮੈਂ ਕਹਿੰਦਾ ਅੱਤ ਸਿਰਾ ਟੋਟਾ ਗਾਡਰ ਮਿਸਤਰੀ ਗਰਮਾਲਾ ਰੇਤ ਬਜਰੀ ਸਿਮਟ ਆਉਂਦੇ ਨੀ ਇੰਸਟਾਗ੍ਰਾਮ ਦੇ ਕਮੈਂਟ, ਮਗਰੇ ਮੇਰੇ ਦੁੱਧ ਲੱਸੀ ਪਨੀਰ ਦਹੀਂ ਸਭ ਕੁਝ ਤੁਰ ਪੈਂਦੇ ਨਾਲ ਹੀ। ਨਹੀਂ ਪਾਇਆ ਨੀ ਸਬਜ਼ੀ, ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣੀ, ਬਹੁਤ ਜ਼ਿਆਦਾ ਗਰਮਾਲਾ ਚਪਤੀ। ਹਾਂ ਚੱਲ ਮੈਂ ਖਵਾ ਦਾ ਸਾਂ ਇਹਨੂੰ ਫਿਰ। ਅੱਜ ਮੈਂ ਕੰਮ ਤੋਂ ਆ ਗਿਆ ਹਾਂ ਥੋੜ੍ਹਾ ਛੇਤੀ ਅਤੇ ਆਉਂਦਿਆਂ ਹੀ ਚਾਹ ਪੀਣ ਨੂੰ ਮਨ ਕੀਤਾ ਅਤੇ ਨਾਲ ਰੱਖੇ ਹੋਏ ਆ ਖਾਣ ਵਾਸਤੇ ਬਿਸਕੁਟ, ਇਹ ਵੀ ਸਾਨੂੰ ਕਿਤੇ ਗਿਫਟ ਹੀ ਆਏ। ਵੈਸੇ ਇਹਦੇ ਵਿੱਚੋਂ 75% ਅਸੀਂ ਖਾ ਚੁੱਕੇ ਹਾਂ, ਇਹਦਾ ਉੱਪਰਲਾ ਹਿੱਸਾ ਖਾ ਚੁੱਕੇ ਹਾਂ ਅਤੇ ਇਹ ਹੁਣ ਰਹਿ ਗਏ ਆ ਥੱਲੜੇ ਹਿੱਸੇ ਵਾਲੇ। ਅਤੇ ਹਰਜੀਤ ਬਣਾ ਰਹੀ ਆ ਚਾਹ, ਆਉਂਦਿਆਂ ਹੀ ਨਾ ਚਾਹ ਨੂੰ ਬਹੁਤ ਜ਼ਿਆਦਾ ਮਨ ਕੀਤਾ ਸੀ। ਆਹ ਸਤੰਬਰ ਮਹੀਨੇ 'ਚ ਗਰਮੀ ਬਹੁਤ ਜ਼ਿਆਦਾ ਪੈਣ ਡਈ ਆ ਕਿਉਂਕਿ ਪਿੱਛੇ ਤਾਂ ਇੰਨੀ ਪਈ ਨਹੀਂ, ਜੁਲਾਈ ਅਗਸਤ ਮਈ ਜੂਨ ਜੁਲਾਈ 'ਚ ਤਾਂ ਇੰਨੀ ਪਈ ਨਹੀਂ ਅਤੇ ਹੁਣ ਬਾਰਿਸ਼ ਹੁੰਦੀ ਰਹੀ ਲਗਾਤਾਰ ਆਹ ਮਹੀਨੇ ਨੇ ਅਤੇ ਕਿਤੇ ਵੱਟ ਕੱਢਦੇ। ਹਾਂ ਇਹਨਾਂ ਦਾ ਨੇੜ ਬੰਨਿਆ ਗਰਮੀ ਵਾਲਾ ਚੰਗਾ, ਅਤੇ ਹੁਣ ਮੈਨੂੰ ਲੱਗਦਾ ਕਿ ਸਤੰਬਰ 30 ਤੱਕ ਹੀ ਗਰਮੀ ਪਊਗੀ, ਉਹ ਤੋਂ ਬਾਅਦ 'ਚ ਥੋੜ੍ਹਾ ਫਰਕ ਪੈ ਜੂਗਾ, ਉਹ ਤੋਂ ਬਾਅਦ 'ਚ ਅਕਤੂਬਰ 'ਚ ਠੰਡਾ ਜਿਹਾ ਮੌਸਮ ਆ ਜੂਗਾ, ਮਤਲਬ ਸ਼ਰਟਾਂ ਪਾਉਣੀਆਂ ਸ਼ੁਰੂ ਕਰ ਦੇਣੀਆਂ ਸਾਰਿਆਂ ਨੇ, ਹੁਣ ਤਾਂ ਟੀ ਸ਼ਰਟਾਂ ਪਾਈ ਦੀਆਂ ਨੇ। ਅਤੇ ਇੱਕ ਸਾਡਾ ਬੇਬੀ ਗਿਆ ਟਿਊਸ਼ਨ 'ਤੇ ਅਤੇ ਇੱਕ ਸਾਡਾ ਬੇਬੀ ਇੱਥੇ। ਖਰਗੋਸ਼ ਵਰਗੇ ਤੀਤ ਇਹਦੇ ਆ ਰਹੇ ਆ ਬਾਹਰ। ਫੈਨ ਕਿੱਥੇ, ਫੈਨ ਦੱਸ ਦੋ। ਓ ਫੈਨ ਉੱਪਰ ਲੱਗਾ, ਬੋਲੋ ਵੀ ਕਰਕੇ ਦਿਖਾਓ, ਬੋਲੋ ਪਾਪਾ, ਬੋਲੋ ਪਾਪਾ। ਆ ਜਾਓ ਜਿਨ੍ਹਾਂ ਨੇ ਚਾਹ ਪੀਣੀ ਆ ਗਰਮੀ 'ਚ ਗਰਮੀ ਨੂੰ ਮਾਰਦੇ ਹਾਂ। ਅਤੇ ਅਜੀਤ ਮੈਂ ਮੈਚ ਵੇਖਦਾ, ਤੂੰ ਚਾਹ ਲੈ ਆਈ ਇੱਧਰ। ਅੱਜ ਮੈਚ ਚੱਲਣ ਡਿਆ ਜੀ ਇੰਡੀਆ ਅਤੇ ਨੇਪਾਲ ਦਾ, ਆਹ ਵੇਖ ਲਾ ਪੱਖਾ ਇੱਧਰ ਇੱਦਾਂ ਹੀ ਚੱਲਣ ਡਿਆ ਸੀ, 600 ਦੇ ਉੱਤੇ ਯੂਨਿਟਾਂ ਹੋ ਗਈਆਂ ਅਤੇ ਮੁੜ ਕੇ ਫਿਰ ਕਹਿਣਾ ਵੀ ਬਿੱਲ ਆ ਗਿਆ। ਅੱਜ ਮੈਚ ਆ ਨੇਪਾਲ ਅਤੇ ਇੰਡੀਆ ਦਾ, ਅਤੇ ਨੇਪਾਲ ਕਾਫੀ ਚੰਗੀ ਪੁਜੀਸ਼ਨ ਦੇ ਵਿੱਚ ਆ, ਵੈਸੇ 94 ਅਤੇ 3 ਵਿਕਟਾਂ ਆਊਟ ਹੋਈਆਂ ਇਹਨਾਂ ਦੀਆਂ, ਹੁਣੇ ਹੁਣੇ 1 ਵਿਕਟ ਆਊਟ ਹੋਈ ਹੈ। ਮੈਂ ਮੈਚ ਵੇਖਣ ਦਾ ਬਹੁਤ ਜ਼ਿਆਦਾ ਸ਼ੌਕੀਨ ਹਾਂ ਅਤੇ ਮੈਂ ਕ੍ਰਿਕਟ ਵੀ ਖੇਡਦਾ ਰਿਹਾ ਥੋੜ੍ਹੀ ਥੋੜ੍ਹੀ, ਕਦੀ ਕਦੀ ਕ੍ਰਿਕਟ ਖੇਡਦਾ ਰਿਹਾ, ਬੋਲਰ ਹੁੰਦਾ ਹਾਂ, ਬੋਲਿੰਗ ਬਹੁਤ ਵਧੀਆ ਕਰਦਾ ਹੁੰਦਾ ਹਾਂ। ਅਤੇ ਹਰਜੀਤ ਮੈਂ ਬੈਠੇ ਮੈਚ ਵੇਖਣ ਡਿਆ, ਆ ਜਾ ਫਿਰ ਚਾਹ ਪੀਣੀ ਹੈ, ਕਹਿਣਾ ਕੁਛ ਲੈ ਲਓ ਜੀ ਕਹੋ ਸਰ। ਕਹਿਣਾ ਨਹੀਂ ਆ, ਕੱਟ ਦੋ ਇੱਕ ਮਿੰਟ। ਕੀ ਦੱਸ? ਮੈਂ ਕਹਿਣਾ ਸੀ ਕਿ ਜੇ ਬੰਦਾ ਸੈਰ ਕਰਕੇ ਪਤਲਾ ਹੁੰਦਾ ਹੋਵੇ ਤੇ ਹਾਥੀ ਕਦੇ ਦਾ ਪਤਲਾ ਹੋ ਜਾਣਾ ਸੀ, ਹਾਥੀ ਕਿਉਂ ਨੀ ਪਤਲਾ ਹੋਇਆ? ਆਹੋ ਗੱਲ ਤੇ ਤੇਰੀ ਇਹ ਵੀ ਸਹੀ ਆ, ਜੇ ਬੰਦੇ ਨੇ ਪਤਲਾ ਹੋਣਾ ਹੋਵੇ ਤੇ ਹਾਥੀ ਕਦੋਂ ਦਾ ਪਤਲਾ ਹੋ ਜਾਣਾ ਚਾਹੀਦਾ, ਹਾਥੀ ਕਿਉਂ ਓਦਾਂ ਦਾ? ਫਿਰ ਮੈਂ ਸਹਾ ਜਿਹਾ ਲਾਇਆ ਵਾ, ਇਹ ਗੱਲ ਤੂੰ ਵੀ ਵੱਖੀਆਂ ਕਰਨੀ ਹੈ। ਤੇ ਜੇ ਦੁੱਧ ਪੀਣਾ ਬੰਦਾ ਮੋਟਾ ਹੁੰਦਾ ਆ ਤੇ ਬਿੱਲੀ ਕਿਉਂ ਫਿਰ, ਸਦੀਆਂ ਤੋਂ ਬਿੱਲੀ ਏਦਾਂ ਦੀ ਕਿਉਂ ਆ?
हाथी तुर तुर के चूहे जिडा गया हाथी कौन आखूगा दुध पीना बंदा मोटा हुंदा बंदा मोटा हुंदा बिल्ली थोड़ी मोटी हुंदी तेरे वर्गियां बिल्लियां नहीं मोटियां होंदियां होंदियां आजो जी वेने मैच नाले पीने चाह ते नजारा लैने नेपाल ते इंडिया दे मैच दा लाइट कदी बंद कर दी दी कदी चला दी दी है गर्मी दे विच गर्मी नूं मारन दा सब तो वधिया तरीका चाह पीओ चाह आ चुकी है नाल बीबी साडा खा रिहा बिस्कुट सारे जने जरूर दस्यो मैं कदी माड़ा बोलिया भी जा मूह नहीं चंगा एदां कदी हो ही नहीं सकदा मैं कभी माड़ा कह ही नहीं सकता सारे जाने जरूर दस्यो ठीक है ते मैं ये भी गल नोट करे मैं कभी भी अज तक हरजीत नूं माड़ा नहीं कहा है नहीं कहा तो मतलब नहीं कहा सीधी जिहड़ी गल आ वेखो हुण तुहानूं मैं दिखाउनी आ बिस्कुट खाण लगे ने चाह च डुबो के किदां खाण दे चाह डुबो के बिस्कुट खाण दे एक बिस्कुट ते मारता लगता है ना चाच डुब गया डुब के बेचारा मर गया वो है कहिंदा जे कोई दुखी ते मैनूं ओदा दस दिंदा डुब के मरन की लोड़ की दुखी बेचारा ते की बिगाड़िया है तुहाडा बिस्कुट ने है चाच डुब के मारता जे ओनूं आहो लेके आया अपने टीचर वास्ते चॉकलेट पेन ते ग्रीटिंग कार्ड कल टीचर डे कल टीचर डे बनावांगे व्लॉग नवा व्लॉग वधिया जिहा ਅੱਜ ਦਾ ਵਲੌਗ ਕਰਦੇ ਇੱਥੇ ਖਤਮ।